ਉਸ ਤੋਂ ਅਕਸਰ 12ਵੀਂ ਪਾਸ ਕਰਨ ਤੋਂ ਬਾਅਦ ਬੱਚੇ ਨੂੰ ਕਨਫਿਊਜ਼ਨ ਹੋ ਜਾਂਦੀ ਹੈ ਕਿ 12ਵੀਂ ਪਾਸ ਕਰਨ ਤੋਂ ਬਾਅਦ ਹੁਣ ਮੈਂ ਕਿਹੜਾ ਕੋਰਸ ਜੁਆਇਨ ਕਰਾਂ। ਦੋਸਤੋ, ਅੱਜ ਦੀ ਵੀਡੀਓ ਵਿੱਚ ਆਪਾਂ 12ਵੀਂ ਪਾਸ ਹੋਣ ਤੋਂ ਬਾਅਦ ਤੁਸੀਂ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਸਕਦੇ ਹੋ, ਜੋ ਕਿ ਫਿਊਚਰ ਲਈ ਬਹੁਤ ਵਧੀਆ ਸਕੋਪ ਹੈ ਅਤੇ ਜੋਬ ਆਸਾਨੀ ਨਾਲ ਮਿਲ ਸਕਦੀ ਹੈ। ਅਤੇ ਪੂਰੀ ਡਿਟੇਲ ਤੁਹਾਨੂੰ ਹੋਟਲ ਮੈਨੇਜਮੈਂਟ ਦੀ ਇਸ ਵੀਡੀਓ ਵਿੱਚ ਦੇਵਾਂਗਾ। ਜੇ ਵੀਡੀਓ ਬੈਨੀਫਿਸ਼ਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਸਭ ਤੋਂ ਪਹਿਲਾਂ ਦੋਸਤੋ, ਆਪਾਂ ਗੱਲ ਕਰਾਂਗੇ ਹੋਟਲ ਮੈਨੇਜਮੈਂਟ ਵਿੱਚ ਕਿੰਨੇ ਤਰ੍ਹਾਂ ਦੇ ਕੋਰਸ ਹੁੰਦੇ ਨੇ ਅਤੇ ਇਸ ਨੂੰ ਕੋਰਸ ਨੂੰ ਅਪਲਾਈ ਕਰਨ ਲਈ ਕੀ ਇਲੀਜੀਬਿਲਟੀ ਹੋਣੀ ਚਾਹੀਦੀ ਹੈ ਅਤੇ ਇਸ ਕੋਰਸ ਦੀ ਫੀਸ ਕਿੰਨੀ ਹੈ ਅਤੇ ਜੋਬ ਕਿਹੜੇ ਖੇਤਰਾਂ ਵਿੱਚ ਆਪਾਂ ਨੂੰ ਮਿਲੇਗੀ ਅਤੇ ਇਸ ਜੋਬ ਦੀ ਸੈਲਰੀ ਕੀ ਹੁੰਦੀ ਹੈ। ਅਤੇ ਸਭ ਤੋਂ ਪਹਿਲਾਂ ਆਪਾਂ ਕੋਰਸ ਦੀ ਗੱਲ ਕਰੀਏ ਤਾਂ ਹੋਟਲ ਮੈਨੇਜਮੈਂਟ ਵਿੱਚ 4 ਕਿਸਮ ਦੇ ਕੋਰਸ ਹੁੰਦੇ ਨੇ। ਦੋਸਤੋ, ਫਸਟ ਜਿਹੜਾ ਕੋਰਸ ਹੈ ਬੈਚਲਰ ਇਨ ਹੋਟਲ ਮੈਨੇਜਮੈਂਟ, ਦੋਸਤੋ ਇਹ 4 ਸਾਲਾਂ ਦਾ ਕੋਰਸ ਹੁੰਦਾ ਹੈ। ਅਤੇ ਸੈਕਿੰਡ ਕਰੀਏ BSc ਇਨ ਹੋਟਲ ਮੈਨੇਜਮੈਂਟ, ਇਹ 3 ਸਾਲਾਂ ਦਾ ਹੁੰਦਾ ਹੈ। ਅਤੇ BBA ਇਨ ਹੋਟਲ ਮੈਨੇਜਮੈਂਟ, ਇਹ ਵੀ 3 ਸਾਲਾਂ ਦਾ ਕੋਰਸ ਹੁੰਦਾ ਹੈ। ਅਤੇ ਡਿਪਲੋਮਾ ਇਨ ਹੋਟਲ ਮੈਨੇਜਮੈਂਟ, ਇਹ 1 ਸਾਲ ਦਾ ਕੋਰਸ ਹੁੰਦਾ ਹੈ। ਅਤੇ ਅੱਗੇ ਗੱਲ ਕਰੀਏ ਦੋਸਤੋ, ਤੁਹਾਨੂੰ ਇਲੀਜੀਬਿਲਟੀ ਕੀ ਹੋਣੀ ਚਾਹੀਦੀ ਹੈ ਇਸ ਜੇ ਹੋਟਲ ਮੈਨੇਜਮੈਂਟ ਵਿੱਚ ਐਡਮਿਸ਼ਨ ਲੈਣਾ ਹੈ ਤਾਂ। ਤਾਂ ਦੋਸਤੋ, ਬਸ ਜਸਟ 12th ਪਾਸ ਕੈਂਡੀਡੇਟ ਹੋਟਲ ਮੈਨੇਜਮੈਂਟ ਵਿੱਚ ਐਡਮਿਸ਼ਨ ਲੈ ਸਕਦਾ ਹੈ ਅਤੇ ਇਹ 40% ਨਾਲ 12th ਪਾਸ ਕੀਤੀ ਹੋਵੇ, ਜਿਹੜੀ ਮਰਜ਼ੀ ਸਟ੍ਰੀਮ ਹੋਵੇ ਦੋਸਤੋ, ਆਰਟ, ਸਾਇੰਸ, ਕਮਰਸ, ਜਿਸ ਵਿੱਚ ਵੀ ਤੁਸੀਂ 12th ਪਾਸ ਕੀਤੀ ਹੈ ਤਾਂ ਇਸ ਵਿੱਚ ਐਡਮਿਸ਼ਨ ਲੈ ਸਕਦੇ ਹੋ। ਦੋਸਤੋ, ਹੁਣ ਗੱਲ ਕਰਦੇ ਹਾਂ ਫੀਸ ਦੀ, ਹੋਟਲ ਮੈਨੇਜਮੈਂਟ ਦੇ ਕੋਰਸ ਦੀ ਕਿੰਨੀ ਫੀਸ ਹੁੰਦੀ ਹੈ। ਦੋਸਤੋ, ਜੇ ਤੁਸੀਂ ਇਹ ਗੌਰਮੈਂਟ ਕਾਲਜ ਵਿੱਚ ਕਰਦੇ ਹੋ ਤਾਂ 30,000 ਤੋਂ 40,000 ਰੁਪਏ ਤੱਕ ਸਾਲਾਨਾ ਜਿਹੜੀ ਗੌਰਮੈਂਟ ਕਾਲਜ ਦੀ ਫੀਸ ਹੁੰਦੀ ਹੈ। ਅਤੇ ਜੇ ਪ੍ਰਾਈਵੇਟ ਵਿੱਚ ਕਰਦੇ ਹੋ ਇਹ ਥੋੜ੍ਹੀ ਜਿਹੀ ਜ਼ਿਆਦਾ ਹੋ ਜਾਂਦੀ ਹੈ, 1 ਲੱਖ ਤੋਂ ਲੈ ਕੇ 1.5 ਲੱਖ ਦੇ ਵਿਚਕਾਰ ਪਰ ਈਅਰ ਦੀ ਕੋਸਟ ਆਪਣੀ ਆ ਜਾਂਦੀ ਹੈ। ਅਤੇ ਦੋਸਤੋ, ਜਿਹੜੇ ਬਠਿੰਡਾ ਏਰੀਏ ਦੇ ਕੈਂਡੀਡੇਟ ਇਸ ਵੀਡੀਓ ਨੂੰ ਦੇਖ ਰਹੇ ਨੇ, ਆਪਣੇ ਗੌਰਮੈਂਟ ਰਜਿੰਦਰਾ ਕਾਲਜ ਵਿੱਚ ਵੀ ਹੋਟਲ ਮੈਨੇਜਮੈਂਟ ਦਾ ਕੋਰਸ ਸਿਖਾਏ ਜਾਂਦੇ ਨੇ। ਮੇਰਾ ਖੁਦ ਦਾ ਇੱਕ ਫਰੈਂਡ ਸੀ ਜਿਹਨੇ ਇਹ ਕੀਤਾ ਅਤੇ ਅੱਜ ਉਹ ਮਲੇਸ਼ੀਆ ਵਿੱਚ ਹੋਟਲ ਮੈਨੇਜਮੈਂਟ ਵਿੱਚ ਵੀ ਬੜੀਆ ਜੋਬ ਕਰ ਰਿਹਾ। ਅਤੇ ਨੈਕਸਟ ਗੱਲ ਕਰੀਏ ਜੋਬ ਫੀਲਡ ਦੀ, ਕਿਹੜੇ ਕਿਹੜੇ ਖੇਤਰਾਂ ਵਿੱਚ ਆਪਾਂ ਨੂੰ ਜੇ ਇਹ ਕੋਰਸ ਕਰ ਲੈਂਦੇ ਹਾਂ ਜੋਬ ਮਿਲਦੀ ਹੈ। ਤਾਂ ਆਪਾਂ ਜਿਵੇਂ ਕਿ ਏਅਰਲਾਈਨ ਹੁੰਦੀ ਹੈ ਏਅਰਪੋਰਟ 'ਤੇ, ਇਸ ਟਾਈਪ ਦੀ ਆਪਾਂ ਨੂੰ ਜੋਬ ਆਰਾਮ ਆਸਾਨ ਨਾਲ ਮਿਲ ਜਾਂਦੀ ਹੈ। ਅਤੇ ਰੇਲਵੇ ਕੈਟਰਿੰਗ ਦੀ, ਜਿਹੜੇ ਫੂਡ ਸਪਲਾਈ ਦੀ ਹੁੰਦੀ ਹੈ, ਬੜੀਆ ਕੱਪੜੇ ਕੁੱਪੜੇ ਪਾਏ ਹੁੰਦੇ ਨੇ ਅਤੇ ਵਧੀਆ ਲੁੱਕਸ ਹੁੰਦੀ ਨੇ, ਇਸ ਤਰ੍ਹਾਂ ਦੀ ਜੋਬ ਵੀ ਇਸ ਵਿੱਚ ਆਪਾਂ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਹੋਟਲ ਮੈਨੇਜਮੈਂਟ, ਹੋਸਪਿਟਲ ਮੈਨੇਜਮੈਂਟ ਆਦਿ ਇਹ ਜੋਬ ਆਪਾਂ ਨੂੰ ਇਸ ਵਿੱਚ ਨੋਰਮਲੀ ਮਿਲ ਜਾਂਦੀ ਹੈ। ਕਿਉਂਕਿ ਦੋਸਤੋ, ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਅੱਜ ਕੱਲ੍ਹ ਲੋਕ ਜ਼ਿਆਦਾ ਘੁੰਮਣ ਫਿਰਨ ਦੇ ਸ਼ੌਕੀਨ ਹੋ ਗਏ ਨੇ ਅਤੇ ਹੋਟਲ ਇੰਡਸਟਰੀ ਜਿਹੜੀ ਕਿ ਵੱਧਦੀ ਜਾ ਰਹੀ ਹੈ, ਅਤੇ ਮਤਲਬ ਕਦੇ ਵੀ ਫਿੱਕਾ ਪੈਣ ਵਾਲਾ ਇਹ ਕੰਮ ਨਹੀਂ ਹੈ। ਜੇ ਤੁਸੀਂ ਇਹ ਕਰੋਗੇ ਤਾਂ ਸ਼ੋਰ ਤੁਹਾਡਾ ਜਿਹੜਾ ਫਿਊਚਰ ਹੈ ਉਹ ਸਿਕਿਓਰ ਰਹੇਗਾ। ਇਹ ਸੈਲਰੀ ਦੀ ਗੱਲ ਕਰੀਏ ਦੋਸਤੋ, ਜਿਵੇਂ ਕਿ ਆਪਾਂ ਫਸਟ ਈਅਰ ਜੁਆਇਨ ਕਰਦੇ ਹਾਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਸੈਲਰੀ ਥੋੜ੍ਹੀ ਕਮ ਹੁੰਦੀ ਹੈ, 15,000 ਤੋਂ 20,000 ਤੁਹਾਨੂੰ ਫਿਰ ਵੀ ਸੈਲਰੀ ਮਿਲ ਜਾਵੇਗੀ। ਪਰ ਜਿਵੇਂ ਜਿਵੇਂ ਆਪਣਾ ਇਨਕਰੀਜ਼ ਹੁੰਦਾ ਰਹਿੰਦਾ ਐਕਸਪੀਰੀਅੰਸ ਲੈਵਲ, ਉਵੇਂ ਉਵੇਂ ਸੈਲਰੀ ਵੀ ਇਨਕਰੀਜ਼ ਹੁੰਦੀ ਰਹਿੰਦੀ ਹੈ। ਦੋਸਤੋ, ਇਹ ਥੋੜ੍ਹੀ ਜਿਹੀ ਵੀਡੀਓ ਸੀ ਅਤੇ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆ ਵੀ। ਜੇ ਵੀਡੀਓ ਪਸੰਦ ਆਉਂਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਜੇ ਕੋਈ ਸਵਾਲ ਹੈ ਇਸ ਰਿਲੇਟਡ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਜ਼ਰੂਰ ਤੁਹਾਡੇ ਸਵਾਲ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗਾ।